ਅਨੂਪਪੁਰ ਮਾਈਨਰ ਵਿਆਹ ਟੁੱਟ ਗਈ ਹੈ, 70-80 ਫੁੱਟ ਦਾ ਪਾੜ ਪਿਆ ਜੀ। ਸਾਨੂੰ ਇਹ ਮੰਗ ਹੈ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ, ਪੰਜਾਬ ਸਰਕਾਰ ਸਾਨੂੰ ਮੁਆਵਜ਼ਾ ਦੇ। ਢਾਣੀਆਂ ਦੇ ਚਾਰੇ ਪਾਸੇ ਪਾਣੀ ਫਿਰ ਗਿਆ ਜੀ, 70-80 ਕਿੱਲਾ ਕਣਕ ਜੀ ਵਿੱਚ 3-4 ਫੁੱਟ ਪਾਣੀ ਖੜਾ ਹੈ। ਖੇਤਾਂ ਦੇ ਵਿੱਚ ਪਾਣੀ ਵੜ ਗਿਆ, ਘਰਾਂ ਤੱਕ ਵੀ ਪਾਣੀ ਪਹੁੰਚ ਚੁੱਕਿਆ। ਇਹ ਤਸਵੀਰਾਂ ਅਬੋਹਰ ਦੀਆਂ ਨੇ, ਜਿੱਥੇ ਅਬੋਹਰ ਮਲੂਕਪੁਰਾ ਮਾਈਨਰ ਦੇ ਵਿੱਚ 70 ਫੁੱਟ ਚੌੜਾ ਪਾੜ ਪੈ ਗਿਆ ਅਤੇ ਰਾਤੋਂ ਰਾਤ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਕਣਕ ਦੇ ਵਿੱਚ ਪਾਣੀ ਭਰਿਆ ਹੋਇਆ। ਕਿਸਾਨਾਂ ਦੇ ਮੁਤਾਬਿਕ 70-80 ਕਿੱਲਿਆਂ ਦੇ ਵਿੱਚ ਖੜ੍ਹੀ ਕਣਕ 'ਚ ਪਾਣੀ ਭਰ ਗਿਆ, ਜਿਸ ਕਰਕੇ ਹੁਣ ਉਹ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ। ਨਾ ਸਿਰਫ ਉਹਨਾਂ ਦੇ ਖੇਤਾਂ 'ਚ ਬਲਕਿ ਉਹਨਾਂ ਦੇ ਘਰਾਂ ਤੱਕ ਵੀ ਪਾਣੀ ਪਹੁੰਚ ਗਿਆ। ਇਲਜ਼ਾਮ ਇਹ ਵੀ ਨੇ ਕਿ ਮਹਿਕਮੇ ਦਾ ਕੋਈ ਵੀ ਅਫਸਰ ਮੌਕੇ 'ਤੇ ਨਹੀਂ ਪਹੁੰਚਿਆ, ਜਾਂਚ ਪੜਤਾਲ ਨਹੀਂ ਕੀਤੀ ਗਈ ਅਤੇ ਖਾਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ। ਮਲੂਕਪੁਰ ਮਾਈਨਰ ਵਿਆਹ ਟੁੱਟ ਗਈ ਹੈ, 70-80 ਫੁੱਟ ਦਾ ਪਾੜ ਪਿਆ ਜੀ। ਸਾਨੂੰ ਇਹ ਮੰਗ ਹੈ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ, ਪੰਜਾਬ ਸਰਕਾਰ ਸਾਨੂੰ ਮੁਆਵਜ਼ਾ ਦੇ। ਕਿਹੜੀ ਕਿਹੜੀ ਫਸਲਾਂ ਬੀਜੀਆਂ ਹੋਈਆਂ ਸੀ ਇੱਥੇ ਜੀ? ਕਣਕ ਸੀ ਜੀ, ਕਣਕ ਸੀ, ਕਈਆਂ ਦੇ ਪੱਠੇ ਸੀ, ਵਿੱਚ ਘਰ ਵੀ ਆ ਗਏ, ਢਾਣੀਆਂ ਵੀ ਆ ਗਈਆਂ, ਪਾਣੀਆਂ ਢਾਣੀ ਵਿੱਚ ਪਾਣੀ ਗਿਆ ਜੀ। ਕਿੰਨੇ ਵਜੇ ਨਾਲ ਟੁੱਟੀ ਹੈ? ਇਹ ਕਰੀਬ 11 ਵਜੇ, ਰਾਤ 11 ਵਜੇ ਟੁੱਟੀ ਹੈ। ਕੋਈ ਪ੍ਰਸ਼ਾਸਨ ਅਧਿਕਾਰੀ ਆਇਆ? ਕੋਈ ਨਹੀਂ ਆਇਆ ਜੀ। ਢਾਣੀਆਂ ਦੇ ਚਾਰੇ ਪਾਸੇ ਪਾਣੀ ਫਿਰ ਗਿਆ ਜੀ, 70-80 ਕਿੱਲਾ ਕਣਕ ਜੀ ਵਿੱਚ 3-4 ਫੁੱਟ ਪਾਣੀ ਖੜਾ ਹੈ ਜੀ। ਤੁਸੀਂ ਤਾਂ ਮੰਗ ਹੈ ਜੀ, ਸਾਨੂੰ ਮੰਗ ਦਿੱਤਾ ਜਾ ਜੀ। 8:30 ਸਾਨੂੰ ਤਾਂ ਕੋਈ ਮੁੰਡਾ ਗਿਆ ਸੀ ਉੱਧਰ, ਅਤੇ ਉਹਨੂੰ ਕੁਦਰਤੀ ਪਤਾ ਲੱਗਿਆ ਵੀ ਕਿਧਰੇ ਨਹਿਰ ਨੂਰ ਦਾ ਮਾੜੀ ਮੋਟੀ ਆਵਾਜ਼ ਆਈ ਉਹਨੂੰ, ਅਤੇ ਉਸ ਤੋਂ ਬਾਅਦ ਅਸੀਂ ਗਏ ਹਾਂ ਤਾਂ ਅਸੀਂ ਵੇਖਿਆ ਸਾਰੇ ਪਾਸੇ ਪਾਣੀ ਪਾਣੀ ਹੋ ਚੱਲਿਆ। ਉਸ ਤੋਂ ਬਾਅਦ ਅਸੀਂ ਪਹੁੰਚੇ, ਮਤਲਬ ਨਹਿਰ ਦੇ ਦੂਜੀ ਸਾਈਡ 'ਚ ਗਏ ਸੀ ਅਸੀਂ, ਅਤੇ ਉੱਧਰ ਸਾਨੂੰ ਐਂ ਲੱਗਿਆ ਵੀ ਬਸ ਹੁਣ ਮੁਸ਼ਕਿਲ ਆ ਜੀ, ਸਾਰਾ ਬਣਾਉਣਾ ਬਣਾਉਣਾ ਔਖਾ ਹੀ ਹੈ ਜੀ। ਰਾਤ ਤਾਂ ਲਗਭਗ 50 ਫੁੱਟ ਦੇ ਲਗਭਗ ਹੈਗਾ ਸੀ ਜੀ, ਅਤੇ ਹੁਣ ਅਸੀਂ ਉਸ ਤੋਂ ਬਾਅਦ ਗਏ ਨਹੀਂ ਉੱਧਰ। ਕਿਸਾਨ ਜੀ ਲਗਭਗ 80 ਕਿੱਲੇ ਦਾ ਏਰੀਆ ਨਾ ਸਾਰਾ ਫੁੱਲ ਹੋ ਚੱਲਿਆ, ਅਤੇ ਅੱਗੋਂ ਇੱਧਰੋਂ ਸੜਕ ਤੋਂ ਪਾਰ ਪਾਣੀ ਨਹੀਂ ਜਾ ਰਿਹਾ, ਅਤੇ ਇੱਧਰੋਂ ਕਿੱਕਰ ਖੇੜੇ ਦਾ ਪਾਸੋਂ ਉੱਧਰੋਂ 80 ਸੀਗੀ ਜੀ, ਉਹ ਵੀ ਹੁਣ ਕਿਧਰੇ ਮੇਰੇ ਲੱਗਦਾ ਮਾੜੀ ਮੋਟੀ ਨਿਕਲਣ ਲੱਗਿਆ ਕਿ ਨਹੀਂ ਨਿਕਲਣ ਲੱਗਿਆ ਵੀ ਪਤਾ ਨਹੀਂ ਹੈਗਾ ਜੀ।